ਦੂਜਾ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਆਪਾਂ ਕਰਨੀ ਆ ਉਹ ਸ਼ਰਾਬ ਬਾਰੇ, ਪਹਿਲਾਂ ਕਿੰਨੀ ਤੁਸੀਂ ਪੀ ਲੈਂਦੇ ਸੀ? ਪਹਿਲਾਂ ਤਾਂ ਜੀ ਬੋਤਲ ਤੋਂ ਉੱਪਰ ਲੰਘੇ ਨਾ ਸੀ ਕੰਮ। ਅੱਛਾ, ਤੇ ਹੁਣ ਕਿੰਨੀ ਪੀਂਦੇ ਹੋ? ਤੇ ਹੁਣ ਸਵਾ ਕੁ ਪੂਏ ਦਾ ਪੱਕਾ? ਓਨੈਸਟਲੀ ਹਾਂਜੀ ਸਹੀ ਦੱਸ ਰਹੇ ਹੋ? ਸਹੀ ਆ ਜੀ, ਜਮਾ ਸਹੀ ਆ। ਤੇ ਪਊਏ ਨਾਲ ਤੁਹਾਨੂੰ ਬੋਤਲ ਦਾ ਨਸ਼ਾ ਹੋ ਜਾਂਦਾ, ਫਿਰ ਕਿਉਂ ਰੁਕ ਜਾਂਦੇ? ਨਾ ਨਸ਼ਾ ਤਾਂ ਜੀ ਕਰਦੇ, ਪਹਿਲਾਂ ਵੀ ਨਹੀਂ ਸੀ ਕਰਦੇ, ਨਸ਼ਾ ਪਹਿਲਾਂ ਵੀ ਨਹੀਂ ਸੀ ਮੰਨਿਆ, ਬੋਤਲ ਨਾਲ ਵੀ ਨਹੀਂ ਮੰਨਦੇ ਸੀ? ਨਾ ਮੰਨਦੇ ਨਹੀਂ ਤੇ। ਅੱਛਾ, ਕਿਉਂਕਿ ਸਾਰੀ ਦਿਹਾੜੀ ਤਾਂ ਕੰਮ ਕਰਦੇ ਹੁੰਦੇ ਤੇ, ਤੇ ਘੰਟੇ ਡੇਢ ਘੰਟੇ 'ਚ ਲਾ ਕੇ ਆਉਂਦਾ, ਜਦੇ ਪੈ ਜਾਣਾ ਤੜਕੇ 4 ਵਜੇ ਫਿਰ ਨਿਕਲ ਜਾਣ ਬਾਹਰ। ਘੰਟੇ ਡੇਢ ਘੰਟੇ 'ਚ ਬੋਤਲ ਖਤਮ ਕਰ ਦਿੰਦੇ ਹਰ ਤੱਕ? ਹਾਂਜੀ। ਤੇ ਹੁਣ ਫਿਰ ਤੇ ਜਿਹੜਾ ਇਹ ਪਊਆ ਪੀਂਦੇ ਹੋ, ਪੂਆ ਲਾਉਣਾ ਜੀ ਉਹ 2-2.5 ਘੰਟੇ 'ਚ ਲਾਉਣਾ। ਹੁਣ ਫਿਰ ਇਹਦਾ ਮਤਲਬ ਹੌਲੀ ਹੌਲੀ ਕਿਉਂ ਹੌਲੀ ਲਾਉਣਾ ਜੀ? ਉਹ ਫਿਰ 1 ਲੱਤ ਨਸ਼ਾ ਕਰ ਦਿੰਦੇ ਜੀ। ਇਹ ਫਰਕ ਹੈਗਾ ਨਾ? ਹਾਂਜੀ ਹਾਂਜੀ। ਸੋ ਇਹ ਜਿਹੜਾ ਫਰਕ ਹੈ ਇਹ ਅਸੀਂ ਦੱਸਦੇ ਹਾਂ ਸਾਰਿਆਂ ਨੂੰ ਵੀ, ਹੋਰ ਵੀ ਕੋਈ ਪੇਸ਼ੈਂਟ ਤੁਹਾਨੂੰ ਮਿਲਦਾ ਜਿਹਨੇ ਭਾਰ ਘਟਾਇਆ? ਹਾਂਜੀ। ਕਿਉਂਕਿ ਅਸੀਂ ਦੇਖੋ ਵੀ 182 ਕਿਲੋ ਸੀਗਾ, ਹੁਣ 87 ਕਿਲੋ ਹੈ। ਠੀਕ ਹੈ, ਜੇ ਪਹਿਲਾਂ ਗੋਲੀ ਤੁਹਾਨੂੰ ਦੇਣੀ ਸੀ 2000 ਮਿਲੀਗ੍ਰਾਮ ਦੀ, ਹੁਣ ਦੇਣੀ ਹੈ 500 ਮਿਲੀਗ੍ਰਾਮ ਦੀ। ਥੋੜ੍ਹੀ ਡੋਜ਼ ਨਾਲ ਨਸ਼ਾ ਹੋ ਜਾਂਦਾ, ਇਸ ਲਈ ਅੱਖਾਂ ਨਾਲ ਨਹੀਂ ਪੀਣੀ। ਨਾਲ ਜੇ ਯਾਰ ਦੋਸਤ ਕਹਿਣਗੇ ਯਾਰ ਤੂੰ ਤਾਂ ਬੋਤਲ ਪੀ ਲੈਂਦਾ ਸੀ, ਹੁਣ ਤੈਨੂੰ ਪਊਏ ਨਾਲ ਹੀ ਕਮਜ਼ੋਰ ਹੋ ਗਿਆ, ਪਰ ਆਪਾਂ ਇੱਦਾਂ ਨਹੀਂ, ਇਹ ਜੇ ਪੀਣੀ ਆ ਤਾਂ ਤੁਹਾਡਾ ਉਹਨੇ ਨਾਲ ਦਿਮਾਗ ਘੁੰਮ ਗਿਆ, ਦੈਟਸ ਇਟ, ਫਿਰ ਹੋਰ ਜ਼ਿਆਦਾ ਨਹੀਂ। ਔਰ ਹੌਲੀ ਜਿਹੜਾ ਤੁਸੀਂ ਪੀ ਰਹੇ ਹੋ ਤਾਂ ਹੀ ਇਹ ਕਾਮਯਾਬੀ ਹੈ, ਕਿਉਂਕਿ ਜੇ ਜ਼ਿਆਦਾ ਪੀਓ ਤੁਸੀਂ ਪੀਣ ਨੂੰ ਤਾਂ ਬੋਤਲ ਵੀ ਪੀ ਜਾਂਗੇ, ਪਰ ਫਿਰ ਇਹ ਆ ਕਿ ਬੋਤਲ ਪੀ ਕੇ ਤਾਂ ਫਿਰ ਤੁਹਾਨੂੰ ਚੱਕ ਕੇ ਲਿਆਇਆ ਕਰਨਗੇ, ਇਸ ਲਈ ਜੇ ਹੌਲੀ ਹੌਲੀ ਇਹਨੂੰ ਛੱਡ ਹੀ ਦਿਓ ਤਾਂ ਬੈਸਟ ਆ। ਅਤੇ ਬਾਕੀ ਤੁਸੀਂ ਵਰਜਿਸ਼ ਕੋਈ ਕੰਮ ਕਰਦੇ? ਤੁਰਦੇ ਫਿਰਦੇ ਆ ਜੀ, ਕੋਈ ਚੱਕਰ ਨਹੀਂ। ਖੇਤਾਂ 'ਚ ਕੋਈ ਕੰਮ ਕਹੀ ਦਾ? ਖੇਤਾਂ ਖੇਤੀ ਛੱਡਤੀ ਜੀ। ਅੱਛਾ, ਫਿਰ ਥੋੜ੍ਹਾ ਜਿਹਾ ਵਰਜਿਸ਼ ਦੀ ਲੋੜ ਆ, ਕਿਉਂਕਿ ਆ ਜਿਹੜੇ ਮਸਲ ਵੇਸਟਿੰਗ ਹੋ ਜਾਂਦੀ ਆ। ਸਾਰੀ ਦਿਹਾੜੀ ਤੁਰਦੇ ਫਿਰਦੇ ਰਹਿੰਦੇ ਜੀ, ਬਾਗੇ ਪਿੰਡ 'ਚ ਨੂੰ ਆ ਗਏ। ਠੀਕ ਆ, ਲੱਤਾਂ ਲਈ ਗੋਡਾ, ਪਰ ਤੁਸੀਂ ਜਾਂ ਤਾਂ ਫਿਰ ਐਂ ਕਰੋ ਵੀ ਡੰਡ ਬੈਠਕਾਂ ਮਾਰਨੀਆਂ ਸ਼ੁਰੂ ਕਰੋ। ਠੀਕ ਹੈ ਜੀ, ਇਹ ਜ਼ਰੂਰੀ ਆ। ਠੀਕ ਹੈ, ਤਾਂ ਹੀ ਬਾਡੀ 'ਚ ਐਨਰਜੀ, ਨਹੀਂ ਤਾਂ ਮਸਲ ਵੇਸਟਿੰਗ ਆ ਜਿਹੜੀ, ਹੌਲੀ ਹੌਲੀ ਕਰਕੇ ਪਤਾ ਲੱਗਦਾ ਇਹਦਾ, ਫਿਰ ਤੁਹਾਨੂੰ ਲੱਗੂਗਾ ਨਹੀਂ ਮੈਂ ਤਾਂ ਕਮਜ਼ੋਰ ਹੋ ਗਿਆ। ਇਹ ਦੂਜਾ ਹੈਗਾ ਦਹੀਂ, ਤੇ ਥੋੜ੍ਹਾ ਹੋਰ ਵਧਾਓ, 1/2 ਕਿਲੋ ਲੈਣੇ ਤੁਸੀਂ, 1-1.5 ਕਿਲੋ ਤੱਕ ਕਰ ਦਿਓ। ਠੀਕ ਹੈ, ਲੱਸੀ ਲੁੱਸੀ ਬਾਰ ਬਾਰ ਪੀਓ, ਫਰੂਟ ਜਿਵੇਂ ਦੱਸਿਆ 5-7 ਵਾਰੀ ਦਿਨ 'ਚ ਫਰੂਟ ਖਾ ਲੈਣੇ ਜੀ, ਰੋਟੀਆਂ ਅਤੇ ਮਿੱਠਾ ਅਤੇ ਸ਼ਰਾਬ, ਮਿੱਠਾ ਨਹੀਂ ਜੀ, ਜਮੀ ਕਰਕੇ ਕੈਲਰੀਜ਼ ਨਾਲ ਵਜ਼ਨ ਵਧਣਾ, ਅਤੇ ਜਿਹੜੀਆਂ ਤਾਕਤ ਵਾਲੀਆਂ ਚੀਜ਼ਾਂ ਉਹਨੇ ਤੁਹਾਨੂੰ ਸੈੱਟ ਰੱਖਣਾ, ਵਿਟਾਮਿਨ ਵਗੈਰਾ ਰੈਗੂਲਰ ਆਪਣੇ ਲੈਂਦੇ ਰਹੋ।